ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ। ਇਸ ਵੇਲੇ ਦੀ ਤਾਜ਼ਾ ਖਬਰ ਆ ਰਹੀ ਜੀ ਹੁਣੇ-ਹੁਣੇ ਇਸ ਦਿਨ ਸਾਰੇ ਦੇਸ਼ ਵਿੱਚ ਛੁੱਟੀ ਦਾ ਹੋ ਗਿਆ ਐਲਾਨ। ਤਾਜ਼ਾ ਵੱਡੀ ਖਬਰ ਤਾਂ ਦੋਸਤੋ ਵੀਡੀਓ ਨੂੰ ਪੂਰੀ ਅੰਤ ਤੱਕ ਦੇਖ ਲਿਓ ਵੱਡੀ ਖਬਰ ਦੀ ਜਾਣਕਾਰੀ ਤੁਹਾਨੂੰ ਮਿਲ ਸਕੇ। ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ। ਭਾਰਤ ਦੇ ਇਤਿਹਾਸ ਵਿੱਚ ਅਜਿਹੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਹਨ ਜਿਨ੍ਹਾਂ ਦੇ ਦੇਣਾ ਦੇ ਨਾਲ ਹੀ ਅੱਜ ਭਾਰਤ ਦੇ ਵਾਸੀ ਆਜ਼ਾਦ ਫੀਜਾ ਵਿੱਚ ਲੋਕਾਂ ਦੀ ਜ਼ਿੰਦਗੀ ਨੂੰ ਮੱਦੇਨਜ਼ਰ ਰੱਖਦੇ ਹੋਏ ਲਾਗੂ ਕੀਤੇ ਗਏ ਕਾਨੂੰਨਾਂ ਦਾ ਆਨੰਦ ਮਾਣ ਰਹੇ ਹਨ ਤਾਨਾਸ਼ਾਹ ਬ੍ਰਿਟਿਸ਼ ਹਕੂਮਤ ਦੇ ਦੌਰ ਦੇ ਦੌਰਾਨ ਭਾਰਤ ਨੂੰ ਗੁਲਾਮੀ ਦਾ ਸਾਹਮਣਾ ਕਰਨਾ ਪਿਆ ਤੇ ਅੰਗਰੇਜ਼ੀ ਹਕੂਮਤ ਦੀ ਗੁਲਾਮੀ ਦੀਆਂ ਬੀੜੀਆਂ ਨੂੰ ਤੋੜਨ ਲਈ ਭਾਰਤ ਦੇ ਸੂਰਬੀਰਾਂ ਦੀਆਂ ਕੁਰਬਾਨੀਆਂ ਸਦਕਾ ਭਾਰਤ ਐਸ ਤੋਂ ਗੁਲਾਮੀ ਦੀਆਂ ਬੀੜੀਆਂ ਤੋਂ ਆਜ਼ਾਦ ਹੋ ਸਕਿਆ ਅਜ਼ਾਦੀ ਤੋਂ ਬਾਅਦ ਭਾਰਤ ਦੇ ਵਾਸੀਆਂ ਨੂੰ ਨਵੇਂ ਹੱਕ ਦਿੱਤੇ ਗਏ ਤੇ ਇਹ ਕਾਨੂੰਨੀ ਤੌਰ ਤੇ ਉੱਪਰ ਸੰਵਿਧਾਨ ਦੇ ਵਿੱਚ ਇੱਕ ਮਾਲਾ ਵਿੱਚ ਪ੍ਰੋਕੇ ਪੇਸ਼ ਕੀਤੇ ਗਏ ਤੇ ਦੇਖਦੇ ਉਸ ਮਹਾਨ ਸਪੂਤ ਦੇ ذریعے ਜਿਸ ਨੂੰ ਵਿਸ਼ਵ ਦੇ ਵਿੱਚ ਸਰਬਉੱਚ ਸਖਸੀਅਤਾਂ ਬੱਚੋਂ ਇੱਕ ਗਿਣਿਆ ਜਾਂਦਾ ਹੈ ਤੇ ਜਿਨ੍ਹਾਂ ਨੇ ਸਾਡੇ ਦੇਸ਼ ਦਾ ਸੰਵਿਧਾਨ ਲਿਖਿਆ ਡਾਕਟਰ ਬੀ ਆਰ ਅੰਬੇਦਕਰ ਹੁਣ ਇਸ ਦੇ ਅਨੁਸਾਰੇ ਦੇਸ਼ ਵਿੱਚ ਛੁੱਟੀ ਦਾ ਐਲਾਨ ਹੋ ਗਿਆ ਤੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕੇਨ ਸਰਕਾਰ ਵੱਲੋਂ ਜਿੱਥੇ ਇੱਕ ਸਾਲ ਦੀਆਂ ਗਜਟ ਛੁੱਟੀਆਂ ਐਲਾਨੀਆਂ ਜਾਂਦੀਆਂ ਹਨ ਉਤੇ ਹੁਣ 14 ਅਪ੍ਰੈਲ ਨੂੰ ਰਾਸ਼ਟਰੀ ਛੁੱਟੀ ਵਜੋਂ ਘੋਸ਼ਿਤ ਕੀਤਾ ਗਿਆ ਤੇ 14 ਅਪ੍ਰੈਲ 2021 ਨੂੰ ਡਾਕਟਰ ਅੰਬੇਦਕਰ ਦੀ 130ਵੀਂ ਜਨਮ ਦਿਨਤੀ ਮਨਾਈ ਜਾ ਰਹੀ ਹੈ ਤੇ ਹੁਣ ਕੇ ਨ ਸਰਕਾਰ ਵੱਲੋਂ ਡਾਕਟਰ ਬੀ ਆਰ ਅੰਬੇਦਕਰ ਦੇ ਜਨਮ ਦਿਨ ਦੇ ਮੌਕੇ ਦੇ ਉੱਪਰ 14 ਅਪ੍ਰੈਲ ਨੂੰ ਸਾਰੇ ਦਫ਼ਤਰਾਂ ਲਈ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਤੇ ਸਰਕਾਰੀ ਦਫ਼ਤਰਾਂ ਤੋਂ ਇਲਾਵਾ ਦੇਸ਼ ਭਰ ਦੀਆਂ ਇੰਡਸਟਰੀਆਂ ਵੀ ਇਹਦਣ ਬੰਦ ਰਹਿਣਗੀਆਂ ਤੇ ਉਨ੍ਹਾਂ ਵੱਲੋਂ ਸਭ ਲੋਕਾਂ ਨੂੰ ਬਰਾਬਰ ਦਾ ਹੱਕ ਦੇਣ ਲਈ ਬਹੁਤ ਸਾਰੇ ਸਮਾਜਿਕ ਸੁਧਾਰ ਕੰਮ ਕੀਤੇ ਗਏ।